ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਜ਼ੋਨਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਪ੍ਰਾਈਮ ਟਾਈਮ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਲੁਧਿਆਣਾ ਦੇ ਕੋਰਟ ਕੰਪਲੈਕਸ ਵਿਚ ਆਰ ਡੀ ਐਕਸ ਦੇ ਨਾਲ ਹੋਇਆ ਸੀ ਧਮਾਕਾ ਫੋਰੈਂਸਿਕ ਰਿਪੋਰਟ ਦੇ ਵਿੱਚ ਹੋਇਆ ਖੁਲਾਸਾ ਪੰਜਾਬ ਦੇ ਲੁਧਿਆਣਾ ਕੋਰਟ ਕੰਪਲੈਕਸ ਦੇ ਵਿੱਚ ਹੋਏ ਬੰਬ ਧਮਾਕੇ ਵਿੱਚ ਇੱਕ ਅਹਿਮ ਜਾਣਕਾਰੀ ਸਾਹਮਣੇ ਆਈ ਹੈ ਪੰਜਾਬ ਪੁਲਿਸ ਨੇ ਫੋਰੈਂਸਿਕ ਰਿਪੋਰਟ ਦੇ ਆਧਾਰ ਤੇ ਕਿਹਾ ਹੈ ਕਿ ਬਲਾਸਟ ਦੇ ਵਿੱਚ ਆਰ ਡੀ ਐਕਸ ਦਾ ਇਸਤੇਮਾਲ ਹੋਇਆ ਪੁਲਿਸ ਮੁਤਾਬਕ ਕੋਰਟ ਕੰਪਲੈਕਸ ਦੇ ਵਿੱਚ ਧਮਾਕਾ ਹੋਇਆ ਉਸ ਦੇ ਦੋ ਦੋਚੀ ਲਗਭਗ 2 ਕਿਲੋ ਆਰ ਡੀ ਐਕਸ ਦਾ ਇਸਤਮਾਲ ਕੀਤਾ ਗਿਆ ਤਮਾਕਾ ਹੂਣ ਦੇ ਨਾਲ ਪਾਣੀ ਦੀ ਪਾਈਪਲਾਈਨ ਫਟ ਗਈ ਜਿਸ ਕਾਰਨ ਪਾਰੀ ਮਾਤਰਾ ਵਿੱਚ ਵਿਸਫੋਟਕ ਪਦਾਰਥ ਵਹਿ ਗਿਆ ਦੱਸਦੀ ਹੈ ਇਸ ਦਿਨ ਤਮਾਕਾ ਹੋਇਆ ਉਸ ਦਿਨ ਕੋਰਟ ਦੇ ਵਿੱਚ ਹੜਤਾਲ ਚੱਲ ਰਹੀ ਸੀ ਨਹੀਂ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ ਪੁਲਿਸ ਦੇ ਮੁਤਾਬਕ ਮੁਅੱਤਲ ਹੈੱਡ ਕਨਸਟੇਬਲ ਗਗਨਦੀਪ ਸਿੰਘ ਦੇ ਘਰ ਦੇ ਰਾਤ ਐਨਆਈਏ ਦੀ ਟੀਮ ਅਤੇ ਪੰਜਾਬ ਪੁਲਿਸ ਦੇ ਖੰਨਾ ਦੇ ਘਰ ਵਿੱਚ ਛਾਪਾ ਮਾਰਿਆ ਪੁਲਿਸ ਨੇ ਲੈਪਟਾਪ ਮੋਬਾਈਲ ਫੋਨ ਨੂੰ ਜਾਂਚ ਦੇ ਲਈ ਚੱਕ ਲਿਆ ਹੈ ਗਗਨਦੀਪ ਪੰਜਾਬ ਪੁਲਿਸ ਦਾ ਮੁਅਤਲ ਹੈੱਡ ਕਨਸਟੇਬਲ ਹੈ ਤੇ ਖੰਨਾ ਦੇ ਹਰਿਆਣਾ ਦਾ ਰਹਿਣ ਵਾਲਾ ਤੇ 2 ਸਾਲ ਦੀ ਸਜ਼ਾ ਕੱਟ ਕੇ ਬਾਹਰ ਆਇਆ ਸੀ ਲੁਧਿਆਣਾ ਕੋਟ ਬੰਬ ਧਮਾਕੇ ਤੇ ਬੋਲੇ ਡੀਜੀਪੀ ਅਸੀਂ 24 ਘੰਟਿਆਂ ਵਿੱਚ ਇਹ ਕੇਸ ਸੁਲਝਾ ਲਿਆ ਲੁਧਿਆਣਾ ਕੋਟ ਬਲਾਸਟ ਮਾਮਲੇ ਨੂੰ ਲੈ ਕੇ ਪੰਜਾਬ ਦੇ ਡੀਜੀਪੀ ਸਰਦਾਰਤ ਚੌਟੋ ਪਦਾਏ ਨੇ ਅੱਜ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਦਾਵਾ ਕੀਤਾ ਕਿ 24 ਘੰਟਿਆਂ ਦੇ ਵਿੱਚ ਮਸਲਾ ਹੱਲ ਕਰ ਲਿਆ ਉਹਨਾਂ ਨੇ ਦੱਸਿਆ ਕਿ ਬਲਾਸਟ ਕੇਸ ਦਾ ਮੁਲਜ਼ਮ ਦੀ ਅਦਾਲਤ ਵਿੱਚ ਸਨਵਾਈ ਚੱਲ ਰਹੀ ਸੀ ਉਹਨਾਂ ਨੇ ਕਿਹਾ ਡੀਜੀਪੀ ਬੰਦਿਆ ਹੀ ਪੰਜਾਬ ਚ ਕੁਝ ਘਟਨਾਵਾਂ ਵਾਪਰੀਆਂ ਨੇ ਪੰਜਾਬ ਦੇ ਡੀਜੀਪੀ ਜ਼ੇਦਾਰਥ ਚੱਟੋ ਪਧਾਇ ਨੇ ਕਿਹਾ ਅਸੀਂ 1986 ਦੇ ਅੱਤਵਾਦ ਦੇ ਸਮੇਂ ਕੰਟਰੋਲ ਕੀਤਾ ਸੀ ਇੱਕ ਵਾਰ ਫਿਰ ਸਾਡੇ ਸਾਹਮਣੇ ਕਮਿਸ਼ਨ ਹੈ ਅਸੀਂ ਅੱਤਵਾਦ ਡਰੱਗ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਲੁਧਿਆਣਾ ਦੇ ਵਿੱਚ ਕੁਝ ਅਜਿਹਾ ਹੀ ਹੋਇਆ ਹੈ ਲੁਧਿਆਣਾ ਬੰਬ ਬਲਾਸਟ ਬਹੁਤ ਜ਼ਬਰਦਸਤ ਧਮਾਕਾ ਸੀ ਸਾਨੂੰ ਧਮਾਕੇ ਵਾਲੀ ਥਾਂ ਤੋਂ ਮੋਬਾਈਲ ਸਿਮ ਕਾਰਡ ਕੱਪੜੇ ਅਤੇ ਸਬੂਤ ਮਿਲੇ ਨੇ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਜੇ ਲੁਧਿਆਣਾ ਬਲਾਸਟ ਕਾਂਡ ਨੂੰ ਲੈ ਕੇ ਬਲਾਸਟ ਕਾਂਡ ਦਾ ਮਾਸਟਰਮਾਈਂਡ ਗਗਨਦੀਪ ਸਿੰਘ ਕਾਂਸਟੇਬਲ ਮਹਿਲਾ ਦੋਸਤ ਹਿਰਾਸਤ ਦੇ ਵਿੱਚ ਆ ਜਗਦੀਸ਼ ਭੋਲਾ ਦੇ ਨਾਲ ਸੋ ਬੰਦਾਂ ਦੀ ਜਾਂਚ ਦੀਆਂ ਜਾਂਚ ਕਰ ਰਹੀਆਂ ਨੇ ਏਜੰਸੀਆਂ ਲੁਧਿਆਣਾ ਬੰਬ ਧਮਾਕੇ ਦੀਆਂ ਤਾਰਾਖਾਨਾਂ ਦੇ ਨਾਲ ਜੁੜਨ ਤੋਂ ਬਾਅਦ ਉਸ ਦੀਆਂ ਨਵੀਆਂ ਪਰਤਾਂ ਖੋਲ੍ਹ ਰਹੀਆਂ ਨੇ ਐਨਆਈਏ ਦੀ ਟੀਮ ਦੇ ਵੱਲੋਂ ਸਨੇਚਰਵਾਰ ਰਾਤ ਨੂੰ ਪੁਲਿਸ ਦੇ ਬਰਖਾਸਤ ਮੁਲਾਜ਼ਮ ਗਗਨਪ੍ਰੀਤ ਸਿੰਘ ਦੇ ਘਰ ਦੀ ਤਲਾਸ਼ੀ ਲਈ ਗਈ ਪਰਿਵਾਰ ਦੇ ਮੈਂਬਰਾਂ ਤੋਂ ਇਲਾਵਾ ਇਕੱਲੇ ਇਕੱਲੇ ਤੋਂ ਪੁੱਛਗਿੱਛ ਕੀਤੀ ਗਈ ਟੀਮ ਨੂੰ ਜਾਂਚ ਦੇ ਦੌਰਾਨ ਕੁਝ ਵੀ ਹੱਥ ਨਹੀਂ ਲੱਗਾ ਮ੍ਰਿਤਕ ਸ਼ੱਕੀ ਮੁਲਜ਼ਮ ਦੀ ਪਤਨੀ ਆਪਣੇ ਨਾਲ ਹੀ ਲੈ ਗਈ ਹੈ ਸੋ ਟੀਮ ਮ੍ਰਿਤਕ ਸ਼ੱਕੀ ਦੀ ਮੁਲਜ਼ਮ ਦੀ ਜਿਹੜੀ ਪਤਨੀ ਨੂੰ ਨਾਲ ਲੈ ਗਈ ਹੈ ਇੱਕ ਮਹਿਲਾ ਪੁਲਿਸ ਮੁਲਾਜ਼ਮ ਦਾ ਨਾਮ ਵੀ ਸਾਹਮਣੇ ਆਇਆ ਹੈ ਇਹ ਮਹਿਲਾ ਪੁਲਿਸ ਮੁਲਾਜ਼ਮ ਵੀ ਕਾਨਾ ਦੇ ਐਸਐਸਪੀ ਦਫ਼ਤਰ ਵਿੱਚ ਤਾਇਨਾਤ ਦੱਸੀ ਜਾ ਰਹੀ ਹੈ ਇਹ ਗगनਪ੍ਰੀਤ ਸਿੰਘ ਦੀ ਪ੍ਰੇਮਿਕਾ ਦੱਸੀ ਜਾ ਰਹੀ ਹੈ ਜਿਸ ਨੂੰ ਟੀਮ ਦੇ ਵੱਲੋਂ ਜਾਂਚ ਦੇ ਲਈ ਕਾਬੂ ਕੀਤਾ ਗਿਆ ਹਾਲਾਂਕਿ ਗ੍ਰਿਫਤਾਰੀ ਅਧਿਕਾਰਤ ਤੌਰ ਤੇ ਨਹੀਂ ਕੀਤੀ ਗਈ ਦੋਹਾਾਂ ਦੇ ਰਿਸ਼ਤੇ ਨੂੰ ਲੈ ਕੇ ਕਾਫੀ ਚਰਚਾ ਰਹੀ ਸੀ ਇਸ ਦੇ ਨਾਲ ਹੀ ਜਾਂਚ ਏਜੰਸੀਆਂ ਨੂੰ ਬੰਬ ਧਮਾਕੇ ਦੇ ਨਾਰਕੋ ਅੱਤਵਾਦ ਦੇ ਨਾਲ ਜੁੜੇ ਹੋਏ ਸੁਰਾਗ ਮਿਲੇ ਨੇ ਧਮਾਕੇ ਦੌਰਾਨ ਸ਼ਹੀਦ ਉਕਰਨਾ ਦੇ ਸਾਬਕਾ ਪੁਲਿਸ ਮੁਲਾਜ਼ਮ ਗਗਨਦੀਪ ਸਿੰਘ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਏਜੰਸੀਆਂ ਦੀ ਜਾਂਚ ਦਾ ਕੋਣ ਵੀ ਉਲਟਾ ਹੋ ਗਿਆ ਹੈ ਗਗਨਦੀਪ ਤੇ ਡਰੱਗ ਸਮਗਲਰ ਭੋਲਾ ਦੇ ਨਾਲ ਸਬੰਧਾਂ ਦਾ ਪਤਾ ਲਾਉਣ ਲੱਗ ਪਏ ਨੇ ਗਗਨਦੀਪ ਤੇ ਦੋ ਸਾਥੀਆਂ ਨੂੰ ਰਿਮਾਂਡ ਤੇ ਲੈਣ ਦੀ ਤਿਆਰੀ ਚੱਲ ਰਹੀ ਹੈ ਇਹਨਾਂ ਦੇ ਵਿੱਚੋਂ ਇੱਕ ਨਾਈਜੀਰੀਅਨ ਹੈਰਿਸਨ ਹੈ ਤੇ ਦੂਜਾ ਅਨਮੋਲ ਹੈ ਇਹ ਦੋਵੇਂ ਗਗਨਦੀਪ ਦੇ ਸਮੇਤ ਹੈਰੋਇਨ ਸਮੇਤ ਫੜੇ ਗਏ ਸਨ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਜੀ ਪੰਜਾਬ ਦੀਆਂ 22 ਕਿਸਾਨ ਜਥੇਬੰਦੀਆਂ ਨੇ ਬਣਾਇਆ ਸੰਜੁਕਤ ਕਿਸਾਨ ਮੋਰਚਾ ਸੰਜੁਕਤ ਸਮਾਜ ਮੋਰਚਾ ਸਾਰੀਆਂ ਸੀਟਾਂ ਤੇ ਚੋਣਾਂ ਲੜਨ ਦਾ ਐਲਾਨ ਰਾਜਵਾਲ ਬਣੇਗਾ ਮੁੱਖ ਮੰਤਰੀ ਵੱਡੀ ਖਬਰਾਂ ਖਬਰ ਦੇ ਵੱਲੋਂ ਰੁਕ ਕਰਨ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਹੈ ਜੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬਰ ਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਵੱਡੀ ਖਬਰ ਦੋਸਤੋ ਜੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੀ ਪੰਜਾਬ ਦੀਆਂ 2 ਕਿਸਾਨ ਜਥੇਬੰਦੀਆਂ ਦੀ ਬੈਠਕ ਹੁਣੇ-ਹੁਣੇ ਖਤਮ ਹੋ ਗਈ ਹੈ ਪ੍ਰੈਸ ਕਾਨਫਰੰਸ ਕਰ ਰਹੇ ਹਨ ਇਸ ਦੌਰਾਨ ਪੰਜਾਬ ਵਿਧਾਨ ਸਭਾ ਚੋਣਾਂ ਦੇ ਸਬੰਧੀ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਕਿਸਾਨ ਆਗੂਆਂ ਦੇ ਵੱਲੋਂ ਸੰਯੁਕਤ ਕਿਸਾਨ ਮੋਰਚੇ ਸੰਯੁਕਤ ਸਮਾਜ ਮੋਰਚੇ ਦਾ ਐਲਾਨ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਜੀ 100 17 ਵਿਧਾਨ ਸਭਾ ਸੀਟਾਂ ਤੇ ਚੋਣਾਂ ਲੜਾਂਗੇ ਬਲਵੀਰ ਸਿੰਘ ਰਾਜੇਵਾਲ ਮੁੱਖ ਮੰਤਰੀ ਬਣੇਗਾ ਰਾਜੇਵਾਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਮੰਗ ਸੀ ਕਿ ਅਸੀਂ ਉਹਨਾਂ ਲਈ ਕੁਝ ਕਰੀਏ ਲੋਕਾਂ ਦੀ ਮੰਗ ਦੇ ਅਨੁਸਾਰ ਫੈਸਲਾ ਲਿਆ ਗਿਆ ਪੰਜਾਬ ਦਾ ਸਿਸਟਮ ਬਹੁਤ ਖਰਾਬ ਹੋ ਗਿਆ ਤੇ ਉਸ ਨੂੰ ਸੁਧਾਰਨ ਦੀ ਲੋੜ ਹੈ ਆਮ ਆਦਮੀ ਪਾਰਟੀ ਦੇ ਨਾਲ ਗੱਠ ਜੋੜ ਦਾ ਫੈਸਲਾ ਰਾਤ ਨੂੰ ਬਾਅਦ ਦੇ ਵਿੱਚ ਲਿਆ ਜਾਵੇਗਾ ਰਾਜੇਵਾਲ ਦੇ ਸਣੇ ਕਈ ਕਿਸਾਨ ਆਗੂ ਨੇ ਸੰਬੋਧਨ ਕਰਦਾ ਦਾਵਾ ਕੀਤਾ ਕਿ 32 ਦੇ ਵਿੱਚੋਂ 22 ਜਥੇਬੰਦੀਆਂ ਦਾ ਅੱਜ ਫੈਸਲੇ ਦੇ ਵਿੱਚ ਹਿੱਸੇ ਦੇ ਵਿੱਚ ਪਹੁੰਚ ਚੁੱਕੀਆਂ ਨੇ ਤਿੰਨ ਜਲਦੀ ਹੀ ਸ਼ਾਮਲ ਹੋਣਗੇ ਉਹਨਾਂ ਨੇ ਕਿਹਾ ਜਿੰਨਾ ਹਾਲਾਤਾਂ ਵਿੱਚੋਂ ਗੁਜ਼ਰ ਰਿਹਾ ਹੈ ਕਿਸਾਨ ਜਥੇਬੰਦੀਆਂ ਨੇ ਰਲ ਕੇ ਇਹ ਫੈਸਲਾ ਕੀਤਾ ਹੈ ਕਿ ਇੱਕ ਰਾਜ ਸੀ ਬਦਲ ਦੇਣਾ ਚਾਹੁੰਦੇ ਆ ਮੁੱਖ ਮੰਤਰੀ ਪੰਜਾਬ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਨਹੀਂ ਕਰੇਗੀ ਕਾਂਗਰਸ ਸੂਤਰ ਪੰਜਾਬ ਦੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸੂਤਰਾਂ ਦਾ ਕਹਿਣਾ ਕਾਂਗਰਸ ਪੰਜਾਬ ਦੇ ਵਿੱਚ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਨਹੀਂ ਕਰੇਗੀ ਪਾਰਟੀ ਸੂਬੇ ਦੇ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਸਮੂਹਿਕ ਅਗਵਾਈ ਵਿੱਚ ਲੜੇਗੀ ਦੱਸਦੀ ਹੈ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਚੰਨੀ ਦਲਤ ਵਰਗ ਤੋਂ ਆਉਂਦੇ ਨੇ ਜ਼ਿਕਰ ਜੋਗ ਹੈ ਕਿ ਸਤੰਬਰ ਦੇ ਵਿੱਚ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੋਂ ਬਾਅਦ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ ਹਾਲਾਂਕਿ ਚੰਨੀ ਮੁੱਖ ਮੰਤਰੀ ਬਣਾਉਣ ਤੋਂ ਕਾਂਗਰਸ ਨੇ ਕਈ ਦੌਰ ਦੀਆਂ ਮੀਟਿੰਗਾਂ ਤੇ ਲੰਬੀਆਂ ਲੜਾਈਆਂ ਦੇ ਵਿੱਚੋਂ ਲੰਘਣਾ ਪਿਆ ਸੀ ਪੇਸ਼ਾਵਰ ਹਾਈ ਕੋਰਟ ਦੇ ਵਿੱਚ ਵਿਵਾਦਤ ਫੈਸਲਾ ਸਿੱਖਾਂ ਨੂੰ ਕਿਹਾ ਕਿਰਪਾਨ ਰੱਖਣੀ ਤਾਂ ਲਾਇਸੈਂਸ ਲਵੋ ਪੇਸ਼ਾਵਰ ਹਾਈ ਕੋਰਟ ਦੇ ਵਿੱਚ ਇੱਕ ਵਿਵਾਦਪੂਰਨ ਫੈਸਲਾ ਦਿੰਦੇ ਹੋਏ ਹੁਕਮ ਜਾਰੀ ਕੀਤਾ ਗਿਆ ਕਿ ਹਥਿਆਰ ਨੀਤੀ ਤਹਿਤ ਲਾਇਸੈਂਸ ਦੇ ਨਾਲ ਹੀ ਤਲਵਾਰ ਰੱਖਣ ਦੀ ਇਜਾਜ਼ਤ ਹੈ ਸਿੱਖਾਂ ਨੂੰ ਇਸ ਦੀ ਪਾਲਣਾ ਕਰਨੀ ਹੋਵੇਗੀ ਅਦਾਲਤ ਨੇ ਹੁਕਮ ਦਿੱਤੇ ਹਨ ਕਿ ਕਿਰਪਾਨ ਦਾ ਲਾਇਸੈਂਸ ਜਾਰੀ ਕੀਤਾ ਜਾਵੇਗਾ ਅਦਾਲਤ ਦੇ ਇਸ ਫੈਸਲੇ ਨਾਲ ਪਾਕਿਸਤਾਨ ਦੇ ਵਿੱਚ ਰਹਿੰਦੇ ਸਿੱਖਾਂ ਦੇ ਵਿੱਚ ਗੁੱਸੇ ਦੀ ਲਹਿਰ ਛਾ ਗਈ ਉਹਨਾਂ ਨੇ ਕਿਹਾ ਜੀ ਕਿਰਪਾਨ ਉਹਨਾਂ ਦਾ ਧਾਰਮਿਕ ਹਿੱਸਾ ਤੇ ਹਥਿਆਰਾਂ ਦੇ ਨਾਲ ਜੋੜ ਕੇ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਿਲੜਾ ਠੇਸ ਪਹੁੰਚਾਈ ਜਾ ਰਹੀ ਆ ਲੰਸ ਦੇ ਲਈ ਪਰਮਟ ਅਤੇ ਫੀਸ ਵੀ ਦੇਣੀ ਪਵੇਗੀ। ਬਾਬਾ ਗੋਰਪਾਲ ਅਨੁਸਾਰ ਅਸੀਂ ਕਿਰਪਾਨ ਲੈ ਕੇ ਸਰਕਾਰੀ ਦਫ਼ਤਰਾਂ ਵਿੱਚ ਆਜ਼ਾਦੀ ਨਾਲ ਨਹੀਂ ਜਾ ਸਕਦੇ ਉੱਥੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੇਸ਼ਾਵਰ ਹਾਈ ਕੋਰਟ ਦੇ ਫੈਸਲੇ ਨੂੰ ਮੰਦਪਾਗਾ ਤੇ ਧਾਰਮਿਕ ਆਜ਼ਾਦੀ ਦੇ ਖਿਲਾਫ ਇਕਰਾਰ ਦਿੱਤਾ ਹੈ। ਲੁਧਿਆਣਾ ਧਮਾਕਾ ਗਗਨਦੀਪ ਦੇ ਗ੍ਰਿਫਤਾਰ ਸਾਥੀਆਂ بے ਉਗਲੇ ਵੱਡੇ ਰਾਜ ਸੂ ਕੀਤੇ ਵੱਡੇ ਖੁਲਾਸੇ ਸੂਤਰ ਲੁਧਿਆਣਾ ਕੋਟ ਕੰਪਲੈਕਸ ਦੇ ਵਿੱਚ ਬੰਬ ਧਮਾਕੇ ਤੋਂ ਸੂਤਰ ਤਾਰ ਮਰਤਕ ਗਗਨਦੀਪ ਗੱਗੀ ਦੇ ਸਾਥੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਉਹਨਾਂ ਨੇ ਰਾਜ ਉਗਲ ਦਿੱਤੇ ਨੇ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਧਮਾਕੇ ਦੇ ਵਿੱਚ ਵਰਤੀ ਗਈ ਸਮੱਗਰੀ ਦੇ ਸਬੰਧੀ ਜਾਣਕਾਰੀ ਦਿੰਦਿਆਂ ਖੁਲਾਸਾ ਕੀਤਾ ਕਿ ਗੱਗੀ ਨੂੰ ਉਹ ਸਮੱਗਰੀ ਦਿੱਲੀ ਤੋਂ ਰਹਿਣ ਵਾਲੇ ਇੱਕ ਨੀਗਰੂ ਤੋਂ ਲੈ ਕੇ ਆਏ ਸਨ ਉਸ ਦੀ ਕੋਸ਼ਿਸ਼ ਕੋਰਟ ਰੂਮ ਦੇ ਵਿੱਚ ਬਣੇ ਰਿਕਾਰਡ ਰੂਮ ਤੋਂ ਉਡਾਉਣ ਦੀ ਸੀ ਜਿਸ ਦੇ ਵਿੱਚ ਉਸ ਦੀ ਫਾਈਲ ਪਈ ਹੋਈ ਸੀ ਮੁਲਜ਼ਮਾਂ ਨੇ ਖਲਾਸਾ ਕੀਤਾ ਕਿ ਗੱਗੀ ਬੰਬ ਦਾ ਟਾਈਮਰ ਸੈੱਟ ਕਰਨ ਲਈ ਕੋਰਟ ਰੂਮ ਦੀ ਦੂਜੀ ਮੰਜ਼ਲ ਤੇ ਬਣੇ ਬਾਥਰੂਮ ਵਿੱਚ ਚਲੇ ਗਿਆ ਜਦੋਂ ਉਹ ਬਾਹਰ ਇੰਤਜ਼ਾਰ ਕਰਦੇ ਰਹੇ ਦਾਨ ਧਮਾਕਾ ਹੋਇਆ ਤਾਂ ਉਹ ਉੱਥੋਂ ਫਰਾਰ ਹੋ ਗਏ ਸੂਤਰਾਂ ਦੇ ਮੁੱਤਾਂ ਹਵਾਲੇ ਤੋਂ ਹੀ ਖਲਾਸਾ ਹੋਇਆ ਕਿ ਮੁਲਜ਼ਮ ਸਾਬਕਾ ਪੁਲਿਸ ਮੁਲਾਜ਼ਮ ਸੀ ਤੇ ਐਨ ਡੀ ਪੀ ਐਸ ਸੀ ਐਕਟ ਦੇ ਦੇਖਤ ਗ੍ਰਿਫਤਾਰ ਕੀਤਾ ਗਿਆ ਸੀ ਜਨਵਰੀ 2022 ਦੇ ਵਿੱਚ 14 ਦਿਨ ਬੈਂਕ ਰਹਿਣਗੇ ਬੰਦ ਬ੍ਰਾਂਚ ਜਾਣ ਤੋਂ ਪਹਿਲਾਂ ਛੁੱਟੀਆਂ ਦੀ ਲਿਸਟ ਦੇਖਣ ਦੇ ਲਈ ਸਾਡੇ ਚੈਨਲ ਤੇ ਪਾਈ ਹੋਈ ਸ਼ਾਰਟ ਵੀਡੀਓ ਦੇਖ ਸਕਦੇ ਹੋ ਯੂਪੀਆਈ ਪੇਮੈਂਟਸ ਤੇ ਹਰ ਦਿਨ ਹੁੰਦੇ ਨੇ ਵੱਡੇ ਫਰਾਡ ਇਹਨਾਂ ਸੰ ਤਰੀਕਾ ਨਾਲ ਰੱਖੋ ਖੁਦ ਨੂੰ ਸੁਰੱਖਿਅਤ ਜੇਕਰ ਤੁਸੀਂ Google Pay Paytm Phone ਵਰਗੀਆਂ UPI ਐਪਸ ਦੇ ਭੁਗਤਾਨ ਦੀ ਵਰਤੋਂ ਕਰਦੇ ਹੋ ਤਾਂ ਨਿਸ਼ਚਿਤ ਤੌਰ ਤੇ ਲੈਨ ਦੇਣ ਦੇ ਪੈਟਰਨ ਵਿੱਚ ਸਹੂਲਤ ਲਿਆਉਂਦੇ ਹੋ ਪਰ ਉਹਨਾਂ ਦਾ ਨੁਕਸਾਨ ਵੀ ਹੈ ਤੁਹਾਨੂੰ ਸਾਰਿਆਂ ਨੂੰ ਉਹਨਾਂ ਬਾਰੇ ਪਤਾ ਹੋਣਾ ਚਾਹੀਦਾ ਹੈ ਕੁਝ ਸੁਧਾਰਨ ਸੁਝਾਅ ਤੁਸੀਂ ਅਪਣਾ ਕੇ ਪੈਸੇ ਸੁਰੱਖਿਅਤ ਰੱਖ ਸਕਦੇ ਹੋ ਜਿਵੇਂ ਬੇਤਰਤੀਬ ਲਿੰਕਾਂ ਤੇ ਕਲਿੱਕ ਨਾ ਕਰਨਾ ਧੋਖਾਧੜੀ ਵਾਲੀਆਂ ਕਾਲਾਂ ਦਾ ਜਵਾਬ ਨਾ ਦੇਣਾ ਤੇ ਮਹੱਤਵਪੂਰਨ ਲੈਨ ਦੇਣ ਦੇ ਵੇਰਵੇ ਜਿਵੇਂ ਪਿੰਨ ਨੰਬਰ ਪਾਸਵਰਡ ਆਦ ਕਿਸੇ ਦੇ ਨਾਲ ਸਾਂਝਾ ਨਾ ਕਰਨਾ ਮਜ਼ਬੂਤ ਪਾਸਵਰਡ ਦੀ ਵਰਤੋਂ ਕਰੋ ਅਨਪ੍ਰਮਾਣਿਤ ਲਿੰਕਾਂ ਤੇ ਕਲਿੱਕ ਨਾ ਕਰੋ ਤੇ ਆਪਣੇ ਪੈਸੇ ਬਚਾਓ ਖੇਤੀ ਕਾਨੂੰਨਾਂ ਨੂੰ ਦੁਬਾਰਾ ਲਿਆ ਸਕਦੀ ਹੈ ਸਰਕਾਰ ਮੋਦੀ ਸਰਕਾਰ ਕੇਂਦਰੀ ਖੇਤੀਬਾੜੀ ਮੰਤਰੀ ਤੋਮਰ ਨੇ ਦਿੱਤਾ ਵੱਡਾ ਸੰਕੇਤ ਲਗਭਗ 1 ਸਾਲ ਤੱਕ ਦਿੱਲੀ ਦੀਆਂ ਸਰਹੱਦਾਂ ਦੇ ਚੱਲੇ ਕਿਸਾਨ ਅੰਦੋਲਨ ਦੇ ਕਾਰਨ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਤੋਂ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਕਿਹਾ ਸਰਕਾਰ ਬਾਅਦ ਦੇ ਵਿੱਚ ਕਾਨੂੰਨ ਮੁੜ ਲਿਆ ਸਕਦੀ ਹੈ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਨਾਗਪੁਰ ਚ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਖੇਤੀਬਾੜੀ ਸੋਧ ਕਾਨੂੰਨ ਲਿਆਏ ਆ ਤੇ ਕੁਝ ਲੋਕਾਂ ਨੂੰ ਕਾਨੂੰਨ ਪਸੰਦ ਨਹੀਂ ਜੋ ਕਿ ਇਹ ਜੜਦੀ ਤੋਂ ਲਗਭਗ 70 ਸਾਲ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਵਾਈ ਵਿੱਚ ਲਿਆਂਦਾ ਇੱਕ ਵੱਡਾ ਸੁਧਾਰ ਸੀ ਸਰਕਾਰ ਇਸ ਤੋਂ ਨਿਰਾਸ਼ ਨਹੀਂ ਹੈ ਸੀ ਇੱਕ ਕਦਮ ਪਿੱਛੇ ਹਟੇ ਹਾਂ ਅਸੀਂ ਦੁਬਾਰਾ ਅੱਗੇ ਵਧਾਂਗੇ ਕਿਉਂਕਿ ਕਿਸਾਨ ਭਾਰਤ ਦੀ ਰੀੜ ਦੀ ਹੱਡੀ ਨੇ ਤੂਮਰ ਨੇ ਕਿਹਾ ਖੇਤੀ ਖੇਤਰ ਦੇ ਵਿੱਚ ਵੱਡੇ ਨਿਵੇਸ਼ ਦੀ ਲੋੜ ਹੈ ਇਸ ਮੌਕੇ ਕੇਂਦਰੀ ਖੇਤੀ ਮੰਤਰੀ ਕੇਂਦਰੀ ਮੰਤਰੀ ਨਿਤਨ ਗੜਕਰੀ ਵੀ ਮੌਜੂਦ ਸਨ ਤੂਮਰ ਨੇ ਕਿਹਾ ਇੱਕ ਸੈਕਟਰ ਜਿੱਤੇ ਸਭ ਤੋਂ ਕਾਟ ਨਿਵੇਸ਼ ਹੋਇਆ ਉਹ ਹੈ ਖੇਤੀਬਾੜੀ ਸੈਕਟਰ ਕੇਂਦਰੀ ਮੰਤਰੀ ਨੇ ਦਾਵਾ ਕੀਤਾ ਕਿ ਇਸ ਖੇਤਰ ਦੇ ਵਿੱਚ ਮੌਜੂਦ ਨਿਵੇਸ਼ ਦਾ ਫਾਇਦਾ ਵਪਾਰੀਆਂ ਨੂੰ ਹੁੰਦਾ ਹੈ ਨਾ ਕਿ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਨੂੰ ਖਤਮ ਕਰਨ ਤੋਂ 2 ਦਿਨ ਪਹਿਲਾਂ ਸਰਕਾਰ ਨੇ ਇੱਕ ਨੋਟ ਜਾਰੀ ਕੀਤਾ ਤੂਮਰ ਦੁਆਰਾ ਦਸਤਾਕੀਤੇ ਕਿ ਸੰਸਦ ਮੈਂਬਰਾਂ ਨੂੰ ਜਾਰੀ ਕੀਤੇ ਗਏ ਨੋਟ ਦੇ ਵਿੱਚ ਕਿਸਾਨਾਂ ਦੇ ਕਿਸਮੂਨ ਕਿਸਾਨਾਂ ਦੀ ਹਾਲਤ ਸੁਧਾਰਨ ਦੀ ਕੋਸ਼ਿਸ਼ ਦੇ ਰਾਹ ਵਿੱਚ ਖੜਨ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਸੀ ਰਾਜਾ ਵੜਿੰਗ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਕੀਤੀ ਮੁਲਾਕਾਤ ਅੰਮ੍ਰਿਤਸਰ ਪਹੁੰਚੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਆਖਰਕਾਰ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੇ ਨਾਲ ਮੁਲਾਕਾਤ ਕਰ ਲਈ ਇਸ ਦੌਰਾਨ ਪੰਜਾਬ ਰੂਟਵੇਜ਼ ਦੀਆਂ ਬੱਸਾਂ ਦਾ ਮੁੱਦਾ ਕੇਜਰੀਵਾਲ ਦੇ ਨਾਲ ਗੱਲਬਾਤ ਕਰਦਿਆਂ ਵੜਿੰਗ ਨੇ ਕਿਹਾ ਕਿ ਬਾਦਲਾਂ ਦੀ ਬੱਸ ਸਾਡੇ ਐਨਆਰਆਈ ਪ੍ਰਾਵਾਹ ਤੋਂ 3000 ਰੁਪਏ ਲੈ ਰਹੀ ਹੈ ਜਦਕਿ ਪੰਜਾਬ ਸਰਕਾਰ ਦੀ ਬੱਸ ਸਾਡੇ ਪ੍ਰਾਵਾਹ ਤੋਂ 1200 ਰੁਪਏ ਵਿੱਚ ਪਹੁੰਚਾ ਸਕਦੀ ਹੈ ਵੜਿੰਗ ਨੇ ਕੇਜਰੀਵਾਲ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਬੱਸ ਚਲਾਓ ਅਸੀਂ ਤਿਆਰ ਹਾਂ ਬਸ ਤੁਸੀਂ ਇਸ ਦੇ ਵਿੱਚ ਸਾਡਾ ਸਾਥ ਦਿਓ ਦੂਜੇ ਪਾਸੇ ਕੇਜਰੀਵਾਲ ਨੇ ਕਿਹਾ ਕਿ ਅਸੀਂ ਬਾਤਲਾਂ ਦੀਆਂ 115 ਬੱਸਾਂ ਬੰਦ ਕੀਤੀਆਂ ਨੇ ਪਰ ਤੁਸੀਂ ਠੀਕ ਕਹਿੰਦੇ ਹੋ ਤੁਸੀਂ ਤੇ ਅਸੀਂ ਇਕੱਠੇ ਬੱਸਾਂ ਚਲਾਉਂਦੇ ਹਾਂ ਮਸਲਾ ਹੱਲ ਹੋਣਾ ਚਾਹੀਦਾ ਇਸ ਤੇ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ ਵਿਧਾਇਕ ਬੈਂਸ ਨੂੰ ਵੱਡਾ ਚਟਕਾ ਗ੍ਰਿਫਤਾਰੀ ਵਾਰੰਟ ਵਾਪਸ ਲੈਣ ਦੀ ਪਟੀਸ਼ਨ ਖਾਰਜ ਗ੍ਰਿਫਤਾਰੀ ਵਾਰੰਟ ਵਾਪਸ ਲੈਣ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ ਹੈ ਸੋ ਅਦਾਲਤ ਨੇ ਇਸ ਕਾਨੂੰਨ ਦੀ ਨਜ਼ਰ ਬਣਾਈ ਰੱਖਣ ਦੇ ਯੋਗ ਨਾ ਦੱਸਦੇ ਹੋਏ ਅਰਜ਼ੀ ਖਾਰਜ ਕਰ ਦਿੱਤੀ ਆ ਸਬੰਧਤ ਪੁਲਸ ਵਾਲੇ ਦੇ ਬਿਆਨਾਂ ਨੂੰ ਦਰਜ ਕਰਨ ਦੇ ਲਈ ਮਾਮਲੇ ਨੂੰ 5 ਜਨਵਰੀ 2022 ਦੇ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ ਬੀ ਪ੍ਰਾਕ ਦੇ ਕਰ ਸ਼ਾਇਆ ਮਾਤਮ ਚਾਚੇ ਤੋਂ ਬਾਅਦ ਪਿਤਾ ਦਾ ਵੀ ਹੋਇਆ ਦੇਹੰਤ ਪੰਜਾਬੀ 뮤직 ਇੰਡਸਟਰੀ ਜਗਤ ਤੋਂ ਦੁਖਦਾਈ ਖਬਰ ਆ ਰਹੀ ਹੈ ਬੀਤੇ ਕੁਝ ਦਿਨ ਪੱਲੋ ਜਿੱਥੇ ਕੌਰਵੀ ਦੀ ਨਾਨੀ ਦਾ ਦੇਹਾਂਤ ਹੋ ਗਿਆ ਸੀ ਉੱਥੇ ਹੀ ਪੰਜਾਬੀ ਗਾਇਕ ਅਤੇ 뮤직 ਇੰਡਸਟਰੀ ਦੇ ਡਾਇਰੈਕਟਰ ਬੀ ਪ੍ਰਾਕ ਦੇ ਕਰ ਮਾਤਮ ਦੀ ਲਹਿਰ ਛਾਈ ਹੋਈ ਇਸ ਸਮੇਂ ਬੀ ਪ੍ਰਾਕ ਬਹੁਤ ਵੱਡੇ ਦੁੱਖ ਤੋਂ ਲੱਗ ਰਿਹਾ ਜੀ ਉਸਦੇ ਪਿਤਾ ਅਕਾਲ ਚਲਾਣਾ ਕਰ ਗਏ ਹਨ ਦੱਸਦੀ ਹੈ ਖੁਦ ਵੀ ਪ੍ਰਗਣਾ ਆਪਣੇ ਸੋਸ਼ਲ ਮੀਡੀਆ ਤੇ ਇਸ ਦੀ ਜਾਣਕਾਰੀ ਦਿੱਤੀ ਹੈ ਪੰਜਾਬ ਦੇ ਦਰਜਨਾ ਮੰਤਰੀਆਂ ਤੇ 38 ਕਾਂਗਰਸ ਵਿਧਾਇਕਾਂ ਤੇ ਨਹੀਂ ਕੀਤਾ ਟਿਕਟ ਲਈ ਆਪ ਲਈ ਦਿਗਜ ਨਹੀਂ ਦਿਖਾ ਰਹੇ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਇੱਕ ਦਰਜਨ ਮੰਤਰੀਆਂ ਸਮੇਤ ਕਾਂਗਰਸ ਦੇ ਤਿੰਨ ਦਰਜਨ ਤੋਂ ਵੱਧ ਵਿਧਾਇਕਾਂ ਨੇ ਟਿਕਟ ਲਈ ਬਿਨੈ ਨਹੀਂ ਕੀਤਾ ਜਦਕਿ ਬਿਨੈ ਕਰਨ ਦੀ ਅੰਤਮ ਮਿਤੀ 20 ਦਸੰਬਰ ਤੋਂ ਖਤਮ ਹੋ ਚੁੱਕੀ ਹੈ ਟਿਕਟ ਲਈ ਬਿਨੈ ਕਰਨ ਦੇ ਵੱਡੇ ਨੇਤਾਵਾਂ ਦੀ ਕੋਈ ਰੁਚੀ ਨਹੀਂ ਦਿਖਾਈ ਹਾਲਾਂਕਿ 17 ਦੇ ਮੁਕਾਬਲੇ ਸਵਾਰ ਟਿਕਟ ਮੰਗਣ ਵਾਲਿਆਂ ਦੀ ਗਿਣਤੀ ਵਿੱਚ ਲਗਭਗ 50% ਦੀ ਵਾਧਾ ਹੋਇਆ ਜਿਸ ਕਾਰਨ ਕਾਂਗਰਸ ਵੱਲੋਂ ਟਿਕਟਾਂ ਲਈ ਬਿਨੈ ਕਰਨ ਤੇ ਕੋਈ ਫੀਸ ਨਹੀਂ ਲਈ ਗਈ ਅਗਲੀ ਵੱਡੀ ਖਬਰ ਹੈ ਜਿ ਮਜੀਠੀਆ ਦੀ ਜਾਇਦਾਦ ਦੀ ਜਾਂਚ ਦੀ ਤਿਆਰੀ ਵਿੱਚ ਚੁੱਟੀ ਸਰਕਾਰ ਸੋ ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਬਣਾਈ ਗਈ ਜਾਇਦਾਦ ਨੂੰ ਖੰਗਾਲਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਇਸ ਸਬੰਧ ਵਿੱਚ ਡੀਜੀਪੀ ਆਫਿਸ ਵਿਜੀਲੈਂਸ ਬਿਊਰੋ ਤੇ ਐਸਟੀਐਫ ਨੇ ਸਾਂਝੀ ਮੀਟਿੰਗ ਦੌਰਾਨ ਮਜੀਠੀਆ ਦੀ ਜਾਇਦਾਦ ਨੂੰ ਲੈ ਕੇ ਆਕਲਨ ਕਰਨ ਦੇ ਲਈ ਦੋ ਟੀਮਾਂ ਦਾ ਗਠਨ ਕੀਤਾ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਆਪਣੀ ਰਿਪੋਰਟ ਦੇਵੇਗੀ ਮਜੀਠੀਆ ਨੂੰ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਲਗਾਤਾਰ جاری ਹੈ ਇਸ ਸਬੰਧ ਵਿੱਚ ਯੂਪੀਏ ਤੇ ਦਿੱਲੀ ਪੁਲਿਸ ਨੇ ਦੋ ਦੋ ਟੀਮਾਂ ਦੇ ਛਾਪੇਮਾਰੇ ਲੇਕਿਨ ਫਿਲਹਾਲ ਸਫਲਤਾ ਕਿਸੇ ਪਾਸੇ ਨਹੀਂ ਮਿਲੀ ਤੇ ਮੋਹਾਲੀ ਅਦਾਲਤ ਨੇ ਮਜੀਠੀਆ ਦੇ گاؤں ਜਮਾਨਤ ਰੱਦ ਕਰ ਦਿੱਤੀ ਹੈ ਪੁਲਿਸ ਦੁਆਰਾ ਗ੍ਰਿਫਤਾਰੀ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਨੇ ਤੇ ਹੁਣ ਮਜੀਠੀਆ ਦੇ ਗੈਂਗਸਟਰਾਂ ਦੇ ਨਾਲ ਵੀ ਲਿੰਕ ਸਾਹਮਣੇ ਆ ਰਹੇ ਹਨ ਲੁਧਿਆਣਾ ਦੇ ਵਿੱਚ ਬੰਬ ਲਾਉਂਦੇ ਸਮੇਂ ਧਮਾਕੇ ਵਿੱਚ ਮਾਰਿਆ ਗਿਆ ਗਗਨਦੀਪ ਸਿੰਘ ਹਥਿਆਰਾਂ ਦਾ ਸ਼ੌਕੀਨ ਗਗਨਦੀਪ ਦਾ ਨਰਵਾਸਰੀ ਸੀ ਨਰਵਾਸਰੀ ਹੁਣ ਕਰਕੇ 2011 ਦੇ ਵਿੱਚ ਉਹ ਪੁਲਿਸ ਵਿੱਚ ਭਰਤੀ ਹੋ ਗਿਆ ਕਾਂਸਟੇਬਲ ਭਰਤੀ ਹੋਇਆ ਤੇ ਲੁਧਿਆਣਾ ਜ਼ਿਲ੍ਹੇ ਵਿੱਚ ਕੀਤੀ 8 ਸਾਲਾਂ ਵਿੱਚ ਉਹ ਪ੍ਰਮੋਟ ਹੋ ਕੇ ਹੈੱਡ ਕਨਸਟੇਬਲ ਬਣ ਗਿਆ ਤੇ ਖੰਨਾ ਵਿੱਚ ਉਸਦੇ ਘਰ ਕੋਲ ਰਹਿਣ ਵਾਲੇ ਨੌਜਵਾਨ ਨੇ ਦੱਸਿਆ ਕਿ ਉਹ ਹਥਿਆਰਾਂ ਦੇ ਨਾਲ ਫੋਟੋਆਂ ਖਿਚਵਾਉਣ ਦਾ ਬਹੁਤ ਸ਼ੌਂਕ ਸੀ ਉਸ ਦੀਆਂ ਕਈ ਅਜੀਹੀਆਂ ਫੋਟੋਆਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵੀ ਸ਼ੇਅਰ ਕੀਤੀਆਂ ਹਨ ਤੇ ਖੰਨਾ ਸ਼ਹਿਰ ਵਿੱਚ ਰਹਿਣ ਵਾਲੇ ਕਈ ਲੋਕਾਂ ਨੇ ਦੱਸਿਆ ਕਿ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਣ ਤੋਂ ਬਾਅਦ ਉਸ ਦੀ ਜ਼ਿੰਦਗੀ ਚਲੂngੀ ਚੱਲ ਰਹੀ ਸੀ ਪਰ ਉਹ ਪੈਸੇ ਦੇ ਲਾਲਚ ਨੂੰ ਡਰਗ ਤਸਕਰ ਬਣ ਗਿਆ 2019 ਦੇ ਵਿੱਚ ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਵੱਲੋਂ ਉਸ ਨੂੰ ਹੈਰੋਇਨ ਦੇ ਨਾਲ ਫੜੇ ਜਾਣ ਤੇ ਉਸ ਨੂੰ ਸਾਧਾ ਥਾਣੇ ਦਾ ਮੁੰਚੀ ਸੀ ਡਰੱਗ ਦੇ ਨਾਲ ਗ੍ਰਿਫਤਾਰ ਕਰਨ ਤੋਂ ਬਾਅਦ ਉਸ ਨੂੰ ਮੈਕਮੇ ਤੋਂ ਬਰਖਾਸਤ ਕਰ ਦਿੱਤਾ ਗਗਨਦੀਪ ਪੈਸੇ ਕਮਾਉਣ ਦੇ ਚੱਕਰ ਵਿੱਚ ਹੀ ਤਸਕਰੀ ਕਰਨ ਲੱਗਾ ਸੀ ਲੁਧਿਆਣਾ ਧਮਾਕਾ ਰਣਜੀਤ ਚੀਤਾ ਤੇ ਸੁਖਵਿੰਦਰ ਸਿੰਘ ਦਾ ਮਿਲਿਆ 7-7 ਦਿਨਾਂ ਦਾ ਪੁਲਿਸ ਰਿਮਾਂਡ ਸੋ ਕੁਝ ਸਮਾਂ ਪਹਿਲਾਂ ਗਗਨਦੀਪ ਦੇ ਪਰਿਵਾਰ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਸੀ ਹੁਣ ਇਸ ਮਾਮਲੇ ਵਿੱਚ ਵੱਡੀ ਖਬਰ ਸਾਹਮਣੇ ਆਈ ਕਿ ਰਣਜੀਤ ਚੀਤਾ ਤੇ ਸੁਖਵਿੰਦਰ ਸਿੰਘ ਨੂੰ ਅਦਾਲਤ ਨੇ ਪੇਸ਼ ਕਰਕੇ 7-7 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਦੋਹਾਂ ਨੂੰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਤੇ ਡਿਊਟੀ ਮੈਜਿਸਟ੍ਰੇਟ ਮੰਦਰਾ ਦੱਤਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਦੋਮਾ ਦਾ ਮੈਡੀਕਲ ਕਰਵਾਉਣ ਲਈ ਸੇਵਲ ਹਸਪਤਾਲ ਲੈ ਜਾਂਦਾ ਗਿਆ ਬਜਟ ਤੋਂ ਪਹਿਲਾਂ ਕਾਂਗਰਸ ਦੇਵੇਗੀ ਵੱਡਾ ਤੋਹਫਾ ਮੁਲਾਜ਼ਮਾਂ ਦੀ ਬੇਸਿਕ ਸੈਲਰੀ ਦੇ ਵੱਧ ਕੇ ਹੋਵੇਗੀ 26000 ਰੁਪਏ ਸੂ ਕੇਂਦਰ ਸਰਕਾਰ ਨੇ ਨਵੇਂ ਸਾਲ ਦੀਆਂ ਨੌਕਰੀਆਂ ਦੇ ਸਰਕਾਰੀ ਕਰਮਚਾਰੀਆਂ ਨੂੰ ਵੱਡਾ ਤੋਹਫਾ ਦੇ ਦਿੰਦੀ ਆ ਸੋ ਮੀਡੀਆ ਰਿਪੋਰਟਾਂ ਦੇ ਮੁਤਾਬਕ ਮੋਦੀ ਸਰਕਾਰ ਫਿਟਮੈਂਟ ਫੈਕਟਰ ਵਧਾਉਣ ਤੇ ਵਿਚਾਰ ਕਰ ਰਹੀ ਹੈ ਫਿਟਮੈਂਟ ਫੈਕਟਰ ਹੈ ਕੇਂਦਰ ਸਰਕਾਰ ਦੇ ਸਾਰੇ ਕਰਮਚਾਰੀਆਂ ਦੇ ਲਈ ਬੇਸਿਕ ਸੈਲਰੀ ਦਾ ਹਿੱਸਾ ਹੈ ਜੇ ਸੋ ਮੋਦੀ ਸਰਕਾਰ ਫਿਟਮੈਂਟ ਫੈਕਟਰ ਵਧਾ ਦਿੰਦੀ ਹੈ ਤਾਂ ਕਰਮਚਾਰੀਆਂ ਦੀ ਬੇਸਿਕ ਸੈਲਰੀ 22000 ਰੁਪਏ ਤੱਕ ਵੱਧ ਜਾਵੇਗੀ ਲੁਧਿਆਣਾ ਦੇ ਵਿੱਚ ਅੱਜ ਸਵੇਰ ਤੋਂ ਕਾਲੇ ਬੱਦਲ ਛਾਏ ਨੇ ਅਗਲੇ 2 ਦਿਨਾਂ ਦਾ ਕਿਵੇਂ ਰਹੇਗਾ ਮੌਸਮ ਤੇ ਕੱਲ ਅਤੇ ਪਰਸੋਂ ਮੀਂਹ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਦੋਸਤੋ ਮੌਸਮ ਵਿਗੜਦਾ ਦਿਖਾਈ ਦੇ ਰਿਹਾ ਜੀ ਪੰਜਾਬ ਦੇ ਵਿੱਚ ਇਸ ਹਨ ਸੂਬੇ ਪੰਜਾਬ ਦੀ ਆਮ ਅਤੇ ਖਾਸ ਖਬਰਾਂ ਧੰਨਵਾਦ